ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents Pehla Maran Qabool Jeevan Ki Chhad Aas Oho Sabna Ki Renuka Tau Aao Hamare ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਵਰਸੋਈ ਹੋਈ ਪੰਥ ਦੀ ਸਿਰਮੌਰ ਜਥੇਬੰਦੀ ਸੰਪਰਦਾਏ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਰਹਿਨੁਮਾਈ ਦੇ ਵਿੱਚ ਸ਼ਹਾਦਤ ਦੀਆਂ ਅਵਧੀਆਂ ਮਾਨਣ ਵਾਲੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਜਰਨਲ ਸ਼ਬੇਗ ਸਿੰਘ ਜੀ ਅਤੇ ਸੰਭੂ ਸਿੰਘ ਸਿੰਘਣੀਆਂ ਪੁਚੰਗੀ, ਜਿਨ੍ਹਾਂ ਨੇ 1984 ਦੇ ਤੀਸਰੇ ਘੱਲੂਘਾਰੇ ਦੇ ਵਿੱਚ ਸ਼ਹਾਦਤ ਦੀ ਅਵਧੀ ਨੂੰ ਮਾਣ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਉਹਨਾਂ ਸਮੂਹ ਸ਼ਹੀਦਾਂ ਸਤਿਪੁਰਸ਼ਾਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੁਬਾਹ 9 ਵਜੇ ਜਿਹੜੇ ਸਮਾਗਮ ਹੋਏ ਸਨ, ਜਿੱਥੇ ਸਮੁੱਚੀ ਕੌਮ ਨੇ ਹਾਜ਼ਰੀਆਂ ਭਰੀਆਂ ਨੇ, ਉੱਥੇ ਦਮਦਮੀ ਟਕਸਾਲ ਦੇ ਮੌਜੂਦਾ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਥੇ ਦੇ ਸਿੰਘਾਂ ਸਮੇਤ ਹਾਜ਼ਰੀਆਂ ਭਰ ਕੇ ਆਏ ਹਨ। ਉਪਰੰਤ 1984 ਦੇ ਵਿੱਚ ਸ਼ਹਾਦਤ ਮਾਨਣ ਵਾਲੇ ਸਮੁੱਚਿਆਂ ਸ਼ਹੀਦਾਂ ਸਿੰਘਾਂ ਦਾ ਜਰਨੈਲ ਆਗੂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਤਿੰਨਾਂ ਦੀ ਮਹਾਨ ਸੰਪਰਦਾਏ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਮਹਿਤਾ ਚੌਂਕ ਵਿਖੇ ਇਹ ਮਹਾਨ ਗੁਰਮਤਿ ਸਮਾਗਮ ਬਾਬਾ ਹਰਨਾਮ ਸਿੰਘ ਜੀ ਹੁਣਾਂ ਵੱਲੋਂ ਉਚੇਚੇ ਤੌਰ 'ਤੇ ਉਹਨਾਂ ਸ਼ਹੀਦਾਂ ਸਤਿਪੁਰਸ਼ਾਂ ਨੂੰ ਯਾਦ ਕਰਦਿਆਂ ਉਲੀਕੇ ਗਏ ਨੇ। ਗੁਰਬਾਣੀ ਦਾ ਫੁਰਮਾਨ ਹੈ, ਜੈਸੀ ਆਗਿਆ ਕੀਨੀ ਠਾਕੁਰ ਤਿਸ 'ਤੇ ਮੁੱਖ ਨਹੀਂ ਮੋਰਿਓ। ਬਾਬਾ ਜਰਨੈਲ ਸਿੰਘ ਦੀ ਐਸੀ ਬੁਲੰਦ ਹਸਤੀ ਹੈ, ਜਦੋਂ ਤੇ ਹੁਕਮ ਹੋਇਆ ਵੀ ਚੌਂਕੜਾ ਮਾਰ ਕੇ ਬਾਣੀ ਪੜ੍ਹਨੀ ਹੈ, ਆਤਮਕ ਤੌਰ 'ਤੇ ਬਰਕਤਾਂ ਹਾਸਲ ਕਰਨ ਲਈ ਤਾਂ ਉਹਨੇ ਚੌਂਕੜਾ ਮਾਰ ਲਿਆ ਔਰ ਚੌਂਕੜੇ ਵਿੱਚ 101 ਜਪਜੀ ਸਾਹਿਬ ਦਾ ਪਾਠ ਕੀਤਾ ਹੈ। ਇਹ ਆਪਾਂ ਕਹਿ ਤੇ ਦਿੰਦੇ ਵੀ ਉਹ ਸਿਪਾਹੀ ਬੜਾ ਤਕੜਾ ਸੀ, ਪਰ ਉਹਦੇ ਪਿੱਛੇ ਪਹਿਲਾਂ ਸੰਤ ਬਣਨਾ ਪਿਆ ਹੈ। ਜਦੋਂ ਆਗਿਆ ਹੋਈ ਵੀ ਸੰਤ ਦੀ ਉਪਾਧੀ ਹਾਸਲ ਕਰਨੀ ਹੈ, ਚੌਂਕੜਾ ਮਾਰ ਕੇ ਬਹਿ ਗਿਆ ਬਾਬਾ ਉਹ, ਔਰ ਜਦੋਂ ਸੰਤ ਬਣ ਗਿਆ ਮੋਹ ਮਾਇਆ ਨੂੰ ਜਿੱਤ ਲਿਆ, ਤਨ ਦੀ ਪਰਵਾਹ ਨਾ ਰਹੀ, ਜਦੋਂ ਸਿਪਾਹੀ ਬਣ ਕੇ ਨਿਤਰਿਆ ਉਹ ਮਾਮੂਲੀ ਹੁੰਦਾ, ਅਤੇ 1.5 ਲੱਖ ਫੌਜ ਦੇ ਸਾਹਮਣੇ 150-200 ਸਿੰਘ ਦੇ ਵਿੱਚ ਐਸਾ ਲੋਹੇ ਦਾ ਵਜੂਦ ਭਰ ਕੇ 1.5 ਲੱਖ ਫੌਜ ਦੇ ਸਾਹਮਣੇ ਖੜ੍ਹੇ ਕਰ ਦੇਣਾ, ਇਹ ਮਾਮੂਲੀ ਪੁਰਸ਼ਾਂ ਦੇ ਹਿੱਸੇ ਨਹੀਂ ਆਇਆ। ਉਹਦੀ ਸੰਗਤ ਕਰਨ ਦੇ ਨਾਲ ਹੀ 150-200 ਸੂਰਮਾ 1.5 ਲੱਖ ਦੇ ਘੇਰੇ ਸਾਹਮਣੇ ਪੈਰ ਗੱਡ ਕੇ ਖਲੋ ਗਿਆ, ਜਿਨ੍ਹਾਂ ਦੇ ਬਾਰੇ ਕਬੀਰ ਜੀ ਦਾ ਫੁਰਮਾਨ ਹੈ, ਪੁਰਜਾ ਪੁਰਜਾ ਕੱਟ ਮਰੈ ਕਬਹੂਨਾ ਛਾਡੈ ਖੇਤ, ਸਤਿਗੁਰ ਮੇਰਾ ਤਾਣ ਨਿਤਾਣ, ਜਿਨ੍ਹਾਂ ਦੇ ਪੱਲੇ ਕੱਖ ਨਾ ਹੋਵੇ ਚੌਂਕੜਾ ਲਾ ਲੈਣ, ਇੰਨਾ ਤਾਣ ਬਖਸ਼ਦੇ ਨੇ
ਤੀਸਰੇ ਨੰਬਰ 'ਤੇ ਭਾਰਤ ਵਰਸ਼ ਦੀ ਫੌਜ ਹੈ ਦੁਨੀਆ ਵਿੱਚ ਬਾਹੂਬਲ ਅੰਦਰ। ਜਪਜੀ ਜਾਪ ਕਰਨ ਵਾਲਿਆਂ ਨੂੰ ਚੌਂਕੜੇ 'ਚੋਂ ਕੈਸੀ ਬਰਕਤ ਹੈ ਮੈਨੂੰ ਦੱਸਣ ਦੀ ਲੋੜ ਨਹੀਂ, ਤੁਹਾਨੂੰ ਦੱਸਣ ਦੀ ਲੋੜ ਨਹੀਂ। ਇਹ ਅਕ੍ਰਿਤ ਘਣਤਾ ਦੀਆਂ ਹੱਦਾਂ ਪਾਰ ਕਰਨ ਵਾਲੇ ਤਿਲਕ ਜੰਝੂ ਰਾਖਾ ਪ੍ਰਭ ਤਾਂਕਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਭੁਲਾਉਣ ਵਾਲੇ ਭਾਰਤ ਵਰਸ਼ ਦੇ ਐਸ਼ਾਨ ਫਰਾਮੋਸ਼ ਹੋ ਫੌਜੀਆਂ ਨੂੰ ਪੁੱਛੋ, ਜਪਜੀ ਅਤੇ ਜਾਪ ਦਾ ਜਿਹਦਾ ਚੌਂਕੜਾ ਸੀ 1.5 ਲੱਖ ਦੇ ਘੇਰੇ ਨੂੰ ਇੱਦਾਂ ਉਡਾਇਆ ਹੈ 200 ਸਿੰਘ ਨਾਲ ਜਿਵੇਂ ਗਿੱਦੜਾਂ ਦੀਆਂ ਡਾਰਾਂ ਸ਼ੇਰ ਉਡਾਉਂਦੇ ਨੇ, ਜਿਵੇਂ ਗਿੱਦੜਾਂ ਦੀਆਂ ਡਾਰਾਂ ਸ਼ੇਰ ਉਡਾਉਂਦੇ ਨੇ। ਬਰਕਤਾਂ ਜਪਜੀ 'ਚੋਂ ਹਾਸਲ ਹੋਈਆਂ। ਕਿਸੇ ਪੱਤਰਕਾਰ ਨੇ ਸਵਾਲ ਕੀਤਾ ਬਾਬਾ ਜਰਨੈਲ ਸਿੰਘ ਨੂੰ, ਬਾਬਾ ਜੀ ਫੌਜਾਂ ਦੇ ਕੋਲ ਟੈਂਕ ਬੜੇ ਨੇ, ਤੋਪਾਂ ਬੜੀਆਂ ਨੇ, ਹੈਲੀਕਾਪਟਰ ਬੜੇ ਨੇ, ਫੌਜਾਂ ਬੜੀਆਂ ਨੇ, ਅਤੇ ਤੁਸੀਂ ਕਿਹਦੇ ਆਸਰੇ ਜੰਗ ਲੜਨੀ ਹੈ? ਅਤੇ ਬਾਬਾ ਜਰਨੈਲ ਸਿੰਘ ਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ, ਕਹਿੰਦੇ ਇਹਨਾਂ ਭਾਰਤ ਵਰਸ਼ ਦੀਆਂ ਫੌਜਾਂ ਨੂੰ ਟੇਕ ਹੈ ਟੈਂਕਾਂ ਦੀ, ਇਹਨਾਂ ਨੂੰ ਆਸਰਾ ਹੈ ਲੱਖਾਂ ਫੌਜਾਂ ਅਤੇ ਹਥਿਆਰਾਂ ਦਾ, ਅਤੇ ਮੈਨੂੰ ਟੇਕ ਹੈ ਗੁਰੂ ਰਾਮਦਾਸ ਅਤੇ ਗੁਰੂ ਗੋਬਿੰਦ ਸਿੰਘ ਦੀ। ਅਤੇ ਜਿਹਦੇ ਵੱਲ ਗੁਰੂ ਗੋਬਿੰਦ ਸਿੰਘ ਹੋ ਜਾਵੇ, ਤੁਸੀਂ ਜ਼ਫਰਨਾਮਾ ਨਹੀਂ ਪੜ੍ਹਿਆ ਕਿ ਊਰਾ ਗਰੂਰਸਤ ਬਾ ਮੁਲਕ ਮਾਲ, ਕਿ ਊਰਾ ਗਰੂਰਸਤ ਬਾ ਮੁਲਕ ਮਾਲ ਵਾ ਮਾਰਾ ਪਨਾਸਤ ਯਸਦਾ ਅਕਾਲ। ਜਿਹਦੇ ਵੱਲ ਗੁਰੂ ਗੋਬਿੰਦ ਸਿੰਘ ਹੋ ਜਾਵੇ, ਅਕਾਲ ਹੋ ਜਾਵੇ, ਉਹਨੂੰ ਲੱਖਾਂ ਫੌਜਾਂ ਦਾ ਡਰ ਨਹੀਂ ਰਹਿੰਦਾ। ਇਹਨਾਂ ਨੂੰ ਟੇਕ ਹੋਵੇਗੀ ਟੈਂਕਾਂ ਦੀ। ਵੇਖੋ ਇਹਨਾਂ ਦੇ ਟੈਂਕ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਨਾਲ ਕਿੱਦਾਂ ਜਰਨੈਲ ਸਿੰਘ ਉਡਾਵੇਗਾ ਅੱਜ। ਇਹ ਬਰਕਤਾਂ ਨੇ ਜਪਜੀ ਦੀਆਂ, ਇਹ ਤਾਕਤਾਂ ਨੇ ਜਪਜੀ 'ਚੋਂ ਮਿਲੀਆਂ। ਅਤੇ ਨਾਲਦਿਆਂ ਦੀ ਗੱਲ ਸੁਣ ਲਓ, ਨਾਲਦਿਆਂ ਦੀ ਜਿਹੜੀ ਅਵਸਥਾ ਸੀ ਉਸ ਮਹਾਂਪੁਰਸ਼ ਦੇ, ਬਾਣੀ ਦਾ ਇੱਕ ਕਥਨ ਹੈ, ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ ਵੀ ਇਹਨਾਂ ਕੋਲ ਐਸੀ ਅਵਸਥਾ ਹੈ, ਸਾਧੋ ਇਹੋ ਤਨ ਮਿੱਥਿਆ ਜਾਣੋ। ਇਹ ਜਿਹੜਾ 150-200 ਸਿੰਘ ਸੀ ਨਾ, ਨਾਲ ਤਨ ਨੂੰ ਮਿੱਟੀ ਸਮਝਦਾ ਸੀ, ਹਰਿਮੰਦਰ ਦੀ ਰਾਖੀ ਲਈ, ਅਕਾਲ ਤਖਤ ਦੀ ਰਾਖੀ ਲਈ ਨਾਲ ਸੋਭ ਰਹੇ ਸਨ। ਅਤੇ ਉਹ ਜਿਹੜਾ ਬਾਬਾ ਸ਼ਬੇਗ ਸਿੰਘ ਹੈ, ਪੱਤਰਕਾਰ ਕਹਿੰਦਾ, ਗੱਲ ਸੁਣੋ ਜਰਨਲ ਸਾਹਿਬ, ਜਿੱਥੇ ਤੁਸੀਂ ਟ੍ਰੇਨਿੰਗ ਲਈ ਹੈ ਉੱਥੇ ਹੀ ਆ ਸੈਂਕੜੇ ਜਰਨੈਲ ਨੇ ਭਾਰਤੀਆ ਸਲਤਨਤ ਦੇ ਜਿਹੜੇ ਤੁਹਾਡੇ 'ਤੇ ਹਮਲਾ ਕਰਨ ਆਏ ਨੇ। ਸੰਤਾਂ ਦੇ ਵੱਲ ਇਕੱਲੇ ਜਰਨੈਲ ਹੋ ਅਤੇ ਮੁੱਠੀ ਭਰ ਫੌਜਾਂ ਨੇ, ਅਤੇ ਦੂਜੇ ਬੰਨੇ ਸੈਂਕੜੇ ਜਰਨੈਲ ਅਤੇ ਲੱਖਾਂ ਫੌਜਾਂ, ਮੁਕਾਬਲਾ ਕਿਵੇਂ ਕਰੋਗੇ? ਇੰਨਾ ਮਾਣ ਸੀ ਉਸਨੂੰ ਬਾਬਾ ਜਰਨੈਲ ਸਿੰਘ 'ਤੇ, ਏਡਾ ਵੱਡਾ ਆਫਿਸਰ, ਏਡਾ ਐਜੂਕੇਟਡ ਬੰਦਾ, ਜੇ ਬਾਬਾ ਜਰਨੈਲ ਸਿੰਘ ਦੇ ਪੱਲੇ ਕੱਖ ਨਹੀਂ ਸੀ ਤਾਂ ਬਾਬੇ ਅੱਗੇ ਝੁੱਕ ਨਾ ਗਿਆ ਹੁੰਦਾ। ਉਹ ਕਹਿੰਦਾ ਇੱਕ ਫਰਕ ਹੈ, ਸ਼ਬੇਗ ਸਿੰਘ ਜੀ ਕਹਿੰਦੇ ਇੱਕ ਫਰਕ ਹੈ ਵੀ ਭਾਰਤ ਵਰਸ਼ ਦੀਆਂ ਫੌਜਾਂ ਨੂੰ ਮਾਣ ਹੈ ਹਥਿਆਰਾਂ 'ਤੇ, ਟ੍ਰੇਨਿੰਗ ਵੀ ਉੱਥੇ ਲਈ ਹੈ ਜਿੱਥੇ ਮੈਂ ਲਈ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ਿਸ਼ਾਂ ਦੇ ਰੂਪ ਵਿੱਚ ਮੇਰੇ ਨਾਲ ਬਾਬਾ ਜਰਨੈਲ ਸਿੰਘ ਹੈ ਜਿਹੜਾ ਇਹਨਾਂ ਜਰਨੈਲਾਂ ਦੇ ਨਾਲ ਹੈ ਨਹੀਂ ਹੈ। ਅਤੇ ਜਿਨ੍ਹਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਹੋਵੇ ਉਹਨਾਂ ਨੂੰ ਡਰ ਨਹੀਂ ਰਹਿੰਦਾ। ਆ ਬਾਪੂ ਜਗੀਰ ਸਿੰਘ ਨੂੰ ਸਿੰਘਾਂ ਨੇ ਆਖਿਆ, ਬਾਬਾ ਜੀ ਔਖਾ ਸਮਾਂ ਆ ਗਿਆ, ਸ਼ਹੀਦੀ ਪਾਉਣੀ ਪੈਣੀ ਹੈ। ਅਤੇ ਖੇੜੇ ਵਿੱਚ ਆ ਕੇ ਕਹਿੰਦੇ ਵੀ ਸ਼ਹੀਦੀ ਪਾਉਣ ਤੋਂ ਪਹਿਲਾਂ ਇੱਕ ਮੰਗ ਹੈ ਮੇਰੀ। ਉਹ ਕਹਿੰਦੇ ਜੀ ਦੱਸੋ, ਹੁਕਮ ਕਰੋ। ਬਾਪੂ ਜਗੀਰ ਸਿੰਘ ਸੰਤਾਂ ਦੇ ਭਾਈ ਕਹਿੰਦੇ ਇੱਕ ਨਵਾਂ ਚੋਲਾ ਚਾਹੀਦਾ ਹੈ। ਸਮਾਂ ਵੈਰਾਗ ਦਾ ਹੈ, ਪਰ ਇਹ ਕੰਡਿਆਂ ਦੀਆਂ ਸੇਜਾਂ 'ਤੇ ਸੌਣ ਵਾਲੇ ਨੇ, ਮਾਮੂਲੀ ਸਾਡੇ ਵਰਗੇ ਮਾਮੂਲੀ ਲੋਕ ਨਹੀਂ। ਇਹ ਕੰਡਿਆਂ ਦੀਆਂ ਸੇਜਾਂ 'ਤੇ ਖੁਦਾ ਨੂੰ ਤਾਨਾ ਦੇਣ ਦੀ ਜਗ੍ਹਾ ਮਿੱਤਰ ਪਿਆਰਾ ਕਹਿਣ ਵਾਲੇ ਨੇ, ਭਾਣੇ ਵਿੱਚ ਰਹਿਣ ਵਾਲੇ ਨੇ। ਉਹ ਬਾਬਾ ਤੈਨੂੰ ਨਵੇਂ ਚੋਲੇ ਦੀ ਪਈ ਹੈ, ਟੈਂਕਾਂ ਤੋਪਾਂ ਦੇ ਗੋਲੇ ਵੱਜਣੇ ਨੇ, ਚੀਥੜੇ ਉੱਡ ਜਾਣੇ ਨੇ। ਅਤੇ ਬਾਪੂ ਜਗੀਰ ਸਿੰਘ ਕਹਿੰਦਾ, ਸਿੰਘੋ ਮੌਤ ਨੂੰ ਮੇਰੇ ਭਾਈ ਨੇ, ਬਾਬਾ ਜਰਨੈਲ ਸਿੰਘ ਨੇ ਅੱਜ ਵਿਆਹੁਣਾ ਹੈ, ਅਤੇ ਮੇਰੇ ਮਨ ਵਿੱਚ ਚਾਹ ਹੈ ਵੀ ਜਦੋਂ ਵਿਆਹ
ਭਾਈ ਦਾ ਤੇ ਮੈਂ ਸਰਬਾਲਾ ਬਣਾ ਤੇ ਸਰਬਾਲੇ ਨੂੰ ਕੱਪੜੇ ਨਵੇਂ ਤੇ ਟੌਰ ਪੂਰਾ ਚਾਹੀਦਾ ਹੈ। ਇਹ ਹੈ ਉਹਨਾਂ ਦੀਆਂ ਗੱਲਾਂ। ਇਹ ਕਥਾ ਕਰਨੀ ਸੌਖੀ ਹੈ, ਸੁਣਨੀ ਵੀ ਬੜੀ ਸੌਖੀ ਹੈ, ਢਾਈ ਤਿੰਨ ਘੰਟੇ ਛੈਣੇ ਖੜਕਾ ਕੇ ਕੁਫਰ ਤੋਲਣਾ ਵੀ ਬੜਾ ਸੌਖਾ ਏ, ਪਰ ਨੰਗੀਆਂ ਤੇਗਾਂ ਦੇ ਉੱਤੇ ਨੱਚਦਿਆਂ ਹੋਇਆਂ ਮੌਤ ਨੂੰ ਵਿਆਹੁਣ ਦੀਆਂ ਗੱਲਾਂ ਕਰਨੀਆਂ, ਇਹ ਉਹਨਾਂ ਦੇ ਹਿੱਸੇ ਨੇ ਜਿਨ੍ਹਾਂ ਦਾ ਦਿਨ ਮਨਾਉਂਦੇ ਹੈ। ਇਹ ਅਵਸਥਾ ਸੀ ਉਹਨਾਂ ਮਹਾਂਪੁਰਸ਼ਾਂ ਦੀ। ਸਾਧੋ ਇਹੋ ਤਨ ਮਿਥਿਆ, ਜਾਨੋ ਮਿਥਿਆ ਸਮਝ ਲਿਆ ਸਰੀਰ, ਆਪਾਂ ਵਾਰਨ ਲਈ ਤਿਆਰ ਨੇ ਐਸੇ ਮਹਾਂਪੁਰਸ਼। ਬਾਬਾ ਜਰਨੈਲ ਸਿੰਘ ਨੇ ਇੱਕ ਬਚਨ ਕੀਤਾ ਸੀ, ਕਹਿੰਦੇ ਸਾਡਾ ਇਤਿਹਾਸ ਚਰਖੜੀਆਂ 'ਤੇ ਚੜ੍ਹਨ ਵਾਲਿਆਂ ਦਾ ਹੈ, ਅਸੀਂ ਉਹ ਹਾਂ। ਪੱਤਰਕਾਰ ਕਹਿੰਦਾ ਫੌਜਾਂ ਤੋਂ ਡਰ ਨਹੀਂ ਲੱਗਦਾ, ਕਹਿੰਦਾ ਅਸੀਂ ਉਹ ਹਾਂ ਜਿਹੜੇ ਚਰਖੜੀਆਂ 'ਤੇ ਚੜ੍ਹੇ ਨੇ, ਅਸੀਂ ਉਹ ਹਾਂ ਜਿਨ੍ਹਾਂ ਨੇ ਤੱਤੀਆਂ ਤਵੀਆਂ 'ਤੇ ਬਹਿ ਕੇ ਸੀ ਨਹੀਂ ਕੀਤੀ, ਅਸੀਂ ਉਹਦੇ ਲਾਲ ਹਾਂ ਸੀਸ ਦੀਆ ਪਰ ਸੀ ਨਾ ਉੱਚਰੀ। ਉਹ ਯਾਰ ਮੁੱਠੀ ਪਰ ਫੌਜਾਂ ਲੈ ਕੇ ਤੱਤੀ ਤਵੀ 'ਤੇ ਬਹਿਣ ਵਾਲੇ, ਲੱਖਾਂ ਦੇ ਨਾਲ ਚਮਕੌਰ ਦੀ ਗੜੀ 'ਚ ਟਕਰਾਉਣ ਵਾਲਿਆਂ ਨੂੰ ਡਰਾਉਂਦੇ ਹੋ? ਉਹਦੇ ਬਚਨਾਂ ਦੇ ਵਿੱਚ ਐਸੀ ਬਰਕਤ ਸੀ, ਵਾਕਿਆ ਹੀ ਜੇ ਕੋਈ ਇਹ ਬਚਨ ਕਹਿ ਦੇਵੇ, ਦਾਅਵਾ ਕਰੇ ਵੀ ਸੰਤ ਨੇ ਗੱਪਾਂ ਵੱਡੀਆਂ ਨੇ, ਉਹਦੇ ਬਚਨਾਂ ਦੀ ਤਾਕਤ, ਤਕਰੀਰ ਦੀ ਤਾਕਤ 'ਤੇ ਛੱਡੋ। ਅੱਜ ਉਹ ਸਰੀਰ ਕਰਕੇ ਭਾਵੇਂ ਨਹੀਂ ਹੈ, ਦਸਤਾਰ ਉਹਦੀ ਬਾਬਾ ਹਰਨਾਮ ਸਿੰਘ ਦੇ ਸਿਰ 'ਤੇ ਹੈ, ਪਰ ਉਹਦੀ ਤਕਰੀਰ ਜਿਹੜੀ ਕੈਸਟਾਂ ਵਿੱਚ ਹੈ, ਅੱਜ ਵੀ ਦੁਸ਼ਮਣਾਂ ਦੇ ਕੰਨੀ ਪੈ ਜਾਵੇ ਤੇ ਭਾਜੜਾਂ ਪੈ ਜਾਂਦੀਆਂ ਨੇ, ਐਸਾ ਬਾਹੂਬਲੀ ਹੋਇਆ ਹੈ ਉਹ। ਐਸੀਆਂ ਬਰਕਤਾਂ ਦਾ ਮਾਲਕ ਹੋਇਆ ਹੈ ਉਹ, ਅਤੇ ਅੱਜ ਦੇ ਸਮੇਂ ਵਿੱਚ ਚੱਲ ਕੀ ਰਿਹਾ ਹੈ? ਦਮਦਮੀ ਟਕਸਾਲ ਨੂੰ, ਪੰਥ ਨੂੰ ਖਤਮ ਕਰਨ ਦੇ ਲਈ ਟਕੇ ਟਕੇ ਦੇ ਵਿਘਣ ਵਾਲੇ ਸਟੇਜਾਂ 'ਤੇ ਬਹਿ ਕੇ ਅੱਜ ਦਾਅਵਾ ਪਏ ਕਰਦੇ ਨੇ ਵੀ ਟਕਸਾਲ ਦੀ ਦੇਣ ਕੀ ਹੈ ਪੰਥ ਨੂੰ, ਅਤੇ ਨਾਮ ਹੀ ਲੈ ਦੇਵਾਂ ਦਾਅਵਾ ਕਰਨ ਵਾਲੇ ਆ, ਉਹ ਆ 20-22 ਸਾਲ ਹੋਏ ਨੇ ਉਹ ਕਾਲਜ ਜੇ ਖੋਲ੍ਹੇ ਨੇ ਉਹਨਾਂ ਨੇ, ਆ ਕਾਲਜ ਜੇ ਖੋਲ੍ਹ ਕੇ ਤੇ 10-20 ਲੈਕਚਰ ਯਾਦ ਕਰਾਉਂਦੇ ਨੇ ਅਤੇ ਨਾਲ ਆਉਂਦੇ ਜੀ ਇਹ ਪ੍ਰੋਫੈਸਰ ਬਣ ਗਏ ਅਤੇ ਫੇਲ 8ਵੀਂ ਨੇ ਸਾਰੇ। ਵਿਚਾਰ ਦੀ ਗੱਲ ਕਰੋ ਤੇ ਬਹਿਣ ਜੋਗੇ ਹੈ ਨਹੀਂ, ਤੇ ਜਦੋਂ ਖਾਲਸੇ ਦੀ ਸ਼ਾਨ ਦੇ ਖਿਲਾਫ, ਗੁਰੂ ਦੇ ਖਿਲਾਫ ਬੋਲਦੇ ਨੇ, ਬਾਣੀ ਬਾਣੇ ਦੇ ਖਿਲਾਫ ਬੋਲਦੇ ਨੇ, ਗੁਰ ਇਤਿਹਾਸ ਦਸਮ ਬਾਣੀ ਭੱਟਾਂ ਦੀ ਬਾਣੀ 'ਤੇ ਤਰਕ ਕਰਦੇ ਨੇ, ਖਾਲਸਾ ਕਹਿੰਦਾ ਵਿਚਾਰ ਕਰੋ, ਵਿਚਾਰ ਕਰਦੇ ਨਹੀਂ, ਫਿਰ ਖਾਲਸਾ ਤਕਰਾਰ ਕਰਦਾ ਹੈ ਅਤੇ ਸਰਕਾਰਾਂ ਅੱਗੇ ਤਰਲੇ ਲੈਂਦੇ ਨੇ। ਸਿਕਿਉਰਿਟੀ ਚਾਹੀਦੀ ਹੈ, ਪ੍ਰਚਾਰ ਸੱਚ ਦਾ ਅਤੇ ਸਰਕਾਰੀ ਰਫਲਾਂ ਦੇ ਸਾਏ ਹੇਠ ਕਰਨਾ ਹੈ। ਮੈਂ ਪਹਿਲੀ ਵਾਰੀ ਵੇਖਿਆ ਹੈ ਵੀ ਬਾਬਾ ਜਰਨੈਲ ਸਿੰਘ, ਸੁਣਿਆ ਸੀ ਤੂੰ ਸੱਚ ਬੋਲਦਾ, ਤੇਰਾ ਮੁਕਾਬਲਾ ਕੀਤਾ ਇਹਨਾਂ ਨੇ, ਤੇਰੇ ਸਾਹਮਣੇ ਸਰਕਾਰਾਂ ਖਲੋ ਗਈਆਂ, ਤੂੰ ਇੱਕ ਡਾ ਕੇ ਲੜਿਆ ਹੈ, ਤੂੰ ਸੱਚਾ ਸੀ, ਤੈਨੂੰ ਤਾਂ ਸਰਕਾਰੀ ਗਨਮੈਨ ਦਿੱਤੇ ਨਾ ਇਹਨਾਂ, ਤੈਨੂੰ ਸ਼ਹੀਦ ਕੀਤਾ ਹੈ। ਇਹ ਪਹਿਲੀ ਵਾਰ ਦੁਨੀਆ 'ਤੇ ਵੇਖਿਆ ਵੀ ਅਸੀਂ ਸੱਚ ਬੋਲਦੇ ਹਾਂ, ਅਤੇ ਸੱਚ ਬੋਲਣ ਲਈ ਬਾਬਾ ਜੀ ਸਰਕਾਰੀ ਰਫਲਾਂ ਚਾਹੀਦੀਆਂ ਨੇ, ਉੱਦਾਂ ਨਹੀਂ ਬੋਲਿਆ ਜਾਂਦਾ। ਮੈਂ ਤੈਨੂੰ ਦੱਸਾਂ, ਸੱਚ ਬੋਲਣ ਵਾਲਿਆਂ ਨੂੰ ਦਬਾਉਣ ਲਈ ਸਰਕਾਰੀ ਰਫਲਾਂ ਵਰਤੀਆਂ ਜਾਂਦੀਆਂ ਨੇ, ਬੋਲਣ ਲਈ ਨਹੀਂ। ਸੱਚ ਬੋਲਣ ਵਾਲਿਆਂ ਨੂੰ ਦਬਾਉਣ ਲਈ ਟੈਂਕ ਆਉਂਦੇ ਨੇ, ਤੋਪਾਂ ਆਉਂਦੀਆਂ ਨੇ, ਕਮਾਂਡੋ ਆਉਂਦੇ ਨੇ। ਪਹਿਲੀ ਵਾਰ ਵੇਖਿਆ ਵੀ ਝੂਠ ਬੋਲਣ ਵਾਲਿਆਂ ਨੂੰ ਕਮਾਂਡੋ ਦਿੱਤੇ ਗਏ ਨੇ, ਸੱਚ ਦੇ ਉਲਟ ਬੋਲਣ ਵਾਲਿਆਂ ਨੂੰ ਕਮਾਂਡੋ ਅੱਗੇ ਮਿਲਦੇ ਰਹੇ ਨੇ। ਦਾਅਵਾ ਸੱਚ ਦਾ ਹੋ ਰਿਹਾ ਹੈ, ਵੱਢਣੀਆਂ ਗੱਪਾਂ ਨੇ, ਔਰ ਹੈਰਾਨੀ ਇਸ ਗੱਲ ਦੀ ਹੈ ਜਿਹੜੇ ਪਿਓ ਗੁਰੂ ਗੋਬਿੰਦ ਦਾ ਦਿੱਤਾ ਖਾਂਦੇ ਨੇ, ਉਹਦੀ ਗੋਦ ਵਿੱਚ ਬਹਿ ਕੇ ਉਹਦੀ ਦਾੜੀ ਨੂੰ ਹੱਥ ਪਾਉਂਦੇ ਨੇ, ਉਹਦੀ ਬਾਣੀ ਨੂੰ, ਉਹਦੇ ਬਾਣੇ ਨੂੰ, ਉਹਦੀ ਖੰਡੇ ਦੀ ਪੌਲ 'ਤੇ ਤਰਕ ਕਰਦੇ ਨੇ, ਅਤੇ ਜਦੋਂ ਫਿਰ ਖਾਲਸਾ ਜਾਗਦਾ ਹੈ ਕਹਿੰਦੇ ਨੇ ਵਿਚਾਰ ਨਾ ਕਰ ਲਈਏ, ਤਕਰਾਰ ਕਿਉਂ ਕਰਦੇ ਹੋ? ਕਿਸੇ ਦੇ ਪਿਓ ਦੇ ਦਾੜੇ ਨੂੰ ਹੱਥ ਪਾਉਂਗੇ ਤਾਂ ਉਹ ਵਿਚਾਰ ਕਰੇਗਾ? ਗੁਰੂ ਗ੍ਰੰਥ ਸਾਹਿਬ ਕਹਿੰਦੇ, ਮੈਂ ਥੋੜ੍ਹੀ ਕਹਿੰਦਾ, ਕਹਿੰਦੇ ਮੂਰਖ ਗੰਢ ਪਵੈ ਮੂੰਹ ਮਾਰ, ਇਹ 'ਚ ਕੋਈ ਦੋ ਰਹਿ ਨਹੀਂ ਹੈ। ਕੱਲ੍ਹ ਨੂੰ ਮੇਰੇ ਵਰਗਾ ਸਟੇਜ 'ਤੇ ਬਹਿ ਕੇ ਬਾਣੀ ਬਾਣੇ ਦੇ ਖਿਲਾਫ ਬੋਲੇਗਾ ਤਾਂ ਤਿਆਰੀ ਰੱਖੇ, ਡਾਂਗਾਂ ਵੱਜਣੀਆਂ ਹੀ ਵੱਜਣੀਆਂ ਨੇ। ਇਹ ਖਾਲਸੇ ਦਾ ਸਿਧਾਂਤ ਰਿਹਾ ਹੈ, ਜਿਹੜਾ ਗੁਰੂ ਪਾਤਸ਼ਾਹ ਦੀ ਸ਼ਾਨ ਵਿੱਚ ਬੋਲੇਗਾ, ਖਾਲਸਾ ਅਕਾਲ ਤਖਤ ਲਈ, ਗੁਰਮਰਿਆਦਾ, ਗੁਰ ਸਿਧਾਂਤ ਲਈ ਡਾਂਗ ਚੁੱਕਦਾ ਰਿਹਾ ਹੈ। ਕਿਤੇ ਅੱਜ ਦੀਆਂ ਗੱਲਾਂ ਨੇ, 300 ਸਾਲ ਇਹੀ ਕੋਈ ਤਾਂ ਚੱਲਦਾ ਰਿਹਾ ਹੈ।
ਯਾਦ ਰੱਖ ਇਸ ਗੱਲ ਨੂੰ, ਟਕਸਾਲ ਨੂੰ, ਪੰਥ ਨੂੰ ਖਤਮ ਕਰਨ ਵਾਲੇ ਦੁਨੀਆ ਤੋਂ ਕਈ ਚਲੇ ਗਏ। ਟਕਸਾਲ ਦੀ ਦੇਣ ਕੀ ਹੈ ਅਤੇ ਤੁਹਾਡੇ ਕਾਲਜਾਂ ਦੀ ਦੇਣ ਕੀ ਹੈ? 22 ਸਾਲਾਂ ਦਾ ਤੁਹਾਡਾ ਪੁਲੰਦਾ ਹੈ, 22 ਸਾਲਾਂ ਦਾ ਤੁਹਾਡਾ ਕੱਚਾ ਪਿੱਲਾ ਜਿਹਾ ਇਤਿਹਾਸ ਹੈ। ਕੱਲ੍ਹ ਤੁਸੀਂ ਕਾਲਜਾਂ 'ਚ ਪੜ੍ਹਿਓ, ਨਾ ਕੌਮ ਲਈ ਕੰਡਾ ਖਾਧਾ, ਨਾ ਕੌਮ ਲਈ ਸ਼ਹੀਦੀ ਦਿੱਤੀ। ਆਹ ਤੈਨੂੰ ਦੱਸਾਂ ਟਕਸਾਲ ਦੀ ਕੀ ਦੇਣ ਹੈ ਪੰਥ ਵਿੱਚ। ਇਤਿਹਾਸ ਬੋਲਦੇ ਨੇ, ਇਹ ਨਿਰੀਆਂ ਸਟੇਜ ਦੀਆਂ ਗੱਲਾਂ ਨਹੀਂ, ਅਖਬਾਰਾਂ ਬੋਲਦੀਆਂ ਨੇ, ਬੜੇ ਬੜੇ ਚੈਨਲ ਬੋਲਦੇ ਨੇ। ਟਕਸਾਲ ਕਦੇ ਮਿਟ ਨਹੀਂ ਸਕਦੀ, ਇਹ ਪੰਥ ਮਿਟ ਨਹੀਂ ਸਕਦਾ, ਕਿਉਂਕਿ ਇਹਨੂੰ ਮਿਟਾ ਵੀ ਦਊਂਗੇ, ਸਿਰ ਲਾ ਵੀ ਦਊਂਗੇ। ਇਹਦੇ ਕੋਲ ਬਾਬਾ ਦੀਪ ਸਿੰਘ ਹੈ ਜਿਹੜਾ ਫਿਰ ਸਿਰ ਤਲੀ 'ਤੇ ਰੱਖ ਕੇ ਲੱਖਾਂ ਦੇ ਸਿਰ ਲਾ ਦਿੰਦਾ ਹੈ। ਇਦੋਂ ਵੱਧ ਕੀ ਕਰ ਲਵੇਗੀ ਸਰਕਾਰ? ਸਿਰ ਹੀ ਲਵੇਗੀ, ਇਹ ਫਿਰ ਸਿਰ ਟਿਕਾ ਲੈਂਦੇ ਨੇ। ਇਹਦੇ ਕੋਲ ਬਾਬਾ ਜਰਨੈਲ ਸਿੰਘ, ਬਾਬਾ ਮਨੀ ਸਿੰਘ, ਇਹਦੇ ਕੋਲ ਬਾਬਾ ਗੁਰਬਖਸ਼ ਸਿੰਘ ਵਰਗੇ ਸਿਰਲੱਤ ਸੂਰਮੇ ਨੇ, ਅਤੇ ਤੁਹਾਡੇ ਕੋਲ ਕਾਲਜ ਵਾਲਿਓ ਜੂਆਂ ਨੇ। ਤੁਸੀਂ ਵਿਖਾ ਦਿਓ ਕੌਮ ਲਈ ਕਿਸੇ ਨੇ ਸ਼ਹਾਦਤ ਦਿੱਤੀ ਹੋਵੇ। ਇਹਦੇ ਕੋਲ ਬ੍ਰਹਮ ਵਿੱਦਿਆ ਦੇ ਵਿਦਵਾਨ ਪੁਰਸ਼, ਬ੍ਰਹਮ ਗਿਆਨੀ ਮਹਾਂਪੁਰਸ਼, ਵਿੱਦਿਆ ਦੇ ਮਾਰਦੰਡ, ਅਰਬੀ, ਫਾਰਸੀ, ਸੰਸਕ੍ਰਿਤ, ਉਰਦੂ, ਪੰਜਾਬੀ, ਗੁਰਮੁਖੀ, ਸੰਸਕ੍ਰਿਤੀ, ਹਿੰਦੀ ਦੇ ਵਿਦਵਾਨ ਬ੍ਰਹਮ ਗਿਆਨੀ ਬਾਬਾ ਸੁੰਦਰ ਸਿੰਘ ਨੇ, ਇਹਦੇ ਕੋਲ ਬਾਬਾ ਗੁਰਬਚਨ ਸਿੰਘ ਨੇ, ਅਤੇ ਤੁਹਾਡੇ ਕੋਲ ਕੀ ਹੈ? ਪੰਜਾਬੀ ਤਾਂ ਚੰਗੀ ਤਰ੍ਹਾਂ ਆਉਂਦੀ ਨਹੀਂ, ਵਿਚਾਰ ਤੁਸੀਂ ਕੀ ਕਰਨੀ ਹੈ? 20 ਲੈਕਚਰਾਂ ਵਾਲੇ ਗਿਆਨੀ ਨਹੀਂ ਬਣ ਜਾਂਦੇ, 6-6, 7-7 ਕਮਾਂਡੋ ਨਾਲ ਰੱਖਣ ਵਾਲੇ ਪ੍ਰਚਾਰਕ ਨਹੀਂ ਬਣ ਜਾਂਦੇ। ਝੂਠ ਦੇ ਪੁਲੰਦੇ ਨੇ, ਜਿੰਨੇ ਮਰਜ਼ੀ ਖੋਲੀ ਜਾਓ ਸਟੇਜਾਂ 'ਤੇ। ਸੱਚ ਦੇ ਨਾਲ ਨਾ ਸਰਕਾਰਾਂ ਰਹੀਆਂ, ਸੱਚ ਦਾ ਤਖ਼ਤ ਢਹਿੰਦਾ ਏ, ਸੱਚ ਦਾ ਆਨੰਦਾਂ ਦਾ ਪੁਰੀ ਦਾ ਤਖ਼ਤ ਢਹਿੰਦਾ ਏ, ਸੱਚ ਦਾ ਅਕਾਲ ਤਖ਼ਤ ਢਹਿੰਦਾ ਏ। ਕਦੀ ਨਹੀਂ ਵੇਖਿਆ ਵੀ ਸੱਚ ਦੇ ਤਖ਼ਤ ਨੂੰ ਸਿਕਿਉਰਿਟੀ ਮਿਲੀ ਹੋਵੇ। ਅੱਜ ਕੱਲ੍ਹ ਹੀ ਸਰਕਾਰਾਂ ਦਿੰਦੀਆਂ ਨੇ ਇਹਨਾਂ ਨੂੰ, ਇਹ ਮੁੱਕ ਨਹੀਂ ਸਕਦੇ। ਇਹਨਾਂ ਕੋਲ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਬਾਬਾ ਹਰਨਾਮ ਸਿੰਘ ਜੀ ਮੌਜੂਦਾ ਮੁਖੀ ਚਾਣਕਿਆ ਨੀਤੀ ਦੇ ਮਾਹਰ ਮਹਾਂਪੁਰਸ਼ ਨੇ, ਜਿਹੜੇ ਆਪਣੀਆਂ ਬਰਕਤਾਂ ਨਾਲ ਕਦੇ ਕੌਮ ਦੇ ਸ਼ਹੀਦਾਂ ਨੂੰ ਅੱਤਵਾਦੀ ਕਿਹਾ ਸੀ, ਭਾਰਤ ਵਰਸ਼ ਦੀ ਸਰਕਾਰ ਨੇ ਐਸੇ ਚਾਣਕਿਆ ਨੀਤੀ ਦੇ ਮਾਹਰ ਨੇ ਮਹਾਂਪੁਰਸ਼, ਉਸੇ ਭਾਰਤ ਵਰਸ਼ ਦੀ ਹਿੱਕ ਉੱਤੇ ਸ਼ਹੀਦੀ ਯਾਦਗਾਰ ਬਣਾ ਕੇ ਨੀਤੀ ਦੇ ਨਾਲ ਜੇ ਦੀਵਾ ਬਾਲਿਆ ਹੈ ਤਾਂ ਬਾਬਾ ਹਰਨਾਮ ਸਿੰਘ ਨੇ ਬਾਲਿਆ ਹੈ। ਕਾਕਾ ਜੀ, ਤੁਹਾਡੀ ਉਮਰ ਛੋਟੀ ਹੈ, ਟਕਸਾਲ ਦੀ ਜੜ ਬੋੜ ਨਾਲੋਂ ਵੀ ਡੂੰਘੀ ਹੈ, ਪੁੱਟੀ ਨਹੀਂ ਜੇ ਜਾਣੀ। ਉਹ ਇਹਨੂੰ ਟੈਂਕਾਂ ਨਾਲ ਪੁੱਟਿਆ ਨਹੀਂ ਜਾ ਸਕਿਆ, ਇਹਨੂੰ ਇੰਦਰਾ ਨਹੀਂ ਪੁੱਟ ਸਕੀ। ਭਾਰਤ ਵਰਸ਼ ਦੀ ਦੁਨੀਆ ਵਿੱਚ 3 ਨੰਬਰ ਦੀ ਆਰਮੀ ਨਹੀਂ ਪੁੱਟ ਸਕੀ, ਅਤੇ ਆਪਾਂ ਪੁੱਟਾਂਗੇ ਜਿਹੜੇ ਗੋਲੀ ਦਾ ਖੜਾਕ ਸੁਣ ਕੇ ਅਤੇ ਕੁੰਡੇ ਖੜਕਾਉਂਦੇ ਹੁੰਦੇ ਲੋਕਾਂ ਦੇ, ਉਹੋ ਜੀ ਖੋਲਿਓ ਕੁੰਡਾ, ਸਿਰ ਲੈ ਚੱਲੇ ਜੇ। ਉੱਦਾਂ ਪੰਥ ਦੇ ਆਗੂ ਹਾਂ ਅਤੇ ਕੁੰਡਾ ਪਹਿਲਾਂ ਖੜਕਦਾ ਸਭ ਤੋਂ, ਇੰਨਾ ਟਕਸਾਲ ਮੁਕਾਉਣੀ ਹੈ? ਇਹ ਮੈਂ ਪੁੱਛ ਲਿਆ ਇੱਕ ਦਿਨ ਵੀ ਤੁਹਾਡੀ ਕੁਰਬਾਨੀ ਹੈਗੀ ਕੋਈ, ਵਿਚਾਰ ਕਰ ਲੈਣੇ, ਥੋੜ੍ਹੀ ਵੀ ਸਟੇਜ 'ਤੇ ਗੱਲ ਕਰਕੇ ਚਲੇ ਗਏ ਹਾਂ, ਕੋਈ ਦੱਸੋ, ਕੋਈ ਸਬੂਤ ਦਿਓ ਪੰਥ ਲਈ ਕੀਤਾ ਕੀ ਹੈ ਅੱਗ ਲਾਉਣ ਤੋਂ ਸਿਵਾ ਪੰਥ ਦੇ ਵਿੱਚ। ਮੈਂ ਪੁੱਛਿਆ ਕੁਰਬਾਨੀ ਤੁਹਾਡੀ ਕੋਈ ਬਾਬਾ ਜੀ ਆ ਕਾਲਜਾਂ ਕੂਲਜਾਂ ਵਾਲਿਆਂ ਦੀ, ਉਹ ਕਹਿੰਦੇ ਤੁਹਾਡੀਆਂ ਟਕਸਾਲਾਂ ਸੰਪਰਦਾਵਾਂ ਨੂੰ ਵੱਡੀ ਹੈ। ਮੈਂ ਕਿਹਾ ਕਿਹੜੀ ਹੈ? ਕਹਿੰਦੇ ਕੀ ਹੋਇਆ, ਤੁਸੀਂ ਬੰਦ ਕਟਵਾਏ ਨੇ, ਅਸੀਂ ਵੀ ਚੰਡੀਗੜ੍ਹ ਜਾ ਕੇ ਸਰਿੰਜਾਂ ਨਾਲ ਲਹੂ ਕੱਢ ਕੇ ਦਿੱਤਾ ਹੈ, ਅਤੇ ਲਹੂ ਕੱਢ ਕੇ ਕੌਲੀ 'ਚ ਪਾ ਕੇ ਸਰਕਾਰ ਨੂੰ ਦੇ ਦਿੱਤਾ ਵੀ ਜੇ ਸਾਡੇ ਹੱਕਾਂ ਦੀ ਰਾਖੀ ਨਹੀਂ ਨਾ ਕਰਨੀ ਤਾਂ ਅਸੀਂ ਹੋਰ ਇੱਕ ਬੋਤਲ ਕੱਢ ਕੇ ਦੇ ਦੇਣੀ ਹੈ। ਹੱਦ ਹੋਈ ਪਈ ਹੈ, ਇਹ ਸਾਡੀ ਕੌਮ ਦੇ ਨੇ, ਇਹ ਸਾਡੇ ਵਿੱਚੋਂ ਨੇ, ਲਿਬਾਸ ਸਾਡੇ ਵਾਲੇ ਪਾਏ ਨੇ, ਪਹਿਲੀ ਵਾਰ ਸਰਿੰਜਾਂ ਨਾਲ ਲਹੂ ਕੱਢ ਕੇ, ਇਹਨਾਂ ਦੀ ਉਹ ਗੱਲ ਹੈ। ਟਕਸਾਲ ਨੇ ਲੱਖਾਂ ਕੁਰਬਾਨੀਆਂ ਦਿੱਤੀਆਂ, ਬਾਣੀ ਕਹਿੰਦੀ ਹੈ ਆਪ ਨਾ ਦੇਹ ਚੂਰੂ ਭਰ ਪਾਣੀ ਤੇ ਨਿੰਦੇ ਜਿਹੇ ਗੰਗਾ ਨੀ। ਉਹ ਬੰਦ ਕਢਵਾਉਣ ਵਾਲੇ ਖੋਪੜੀਆਂ ਤਲੀ 'ਤੇ ਰੱਖਣ ਵਾਲਿਆਂ ਦੀ ਰੀਸ ਸਰਿੰਜਾਂ ਨਾਲ ਲਹੂ ਕੱਢ ਦੇਣ ਵਾਲੇ ਕਰ ਸਕਦੇ ਨੇ? ਤੁਹਾਨੂੰ ਪਤਾ ਹੀ ਹੈ ਕਦੋਂ ਸਰਿੰਜਾਂ ਨਾਲ ਲਹੂ ਦਿੱਤਾ ਸੀ, ਨਾ ਕੰਡਾ ਖਾਧਾ ਕੌਮ ਲਈ, ਨਾ ਸਿਰ ਦਿੱਤੇ ਕੌਮ ਲਈ, ਨਾ ਇੱਕ ਕੁਰਬਾਨੀ ਹੈ ਭਾਰਤ ਵਰਸ਼ ਵਿੱਚ ਕੌਮ ਲਈ ਇਹਨਾਂ ਦੀ। ਪੰਥ ਦੇ ਆਗੂ ਬਣੇ ਫਿਰਦੇ ਨੇ, ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੀ ਟਕਸਾਲ ਹੈ, ਸਭ ਸੰਪਰਦਾਵਾਂ ਨੇ,
ਇਹ ਕਹਿ ਦਿੰਦੇ ਜੀ ਵੰਡ ਨਾ ਪਾਓ, ਸੰਪਰਦਾਵਾਂ ਹਟਾਓ। ਮੈਂ ਕਹਿੰਦਾ ਗੁਰੂ ਨਾਨਕ ਇਜ਼ ਦਾ ਪ੍ਰਿੰਸੀਪਲ, ਹੀ ਇਜ਼ ਦਾ ਓਨਰ ਆਫ ਸੁਖਿਜ਼ਮ। ਗੁਰੂ ਨਾਨਕ ਕੁੱਲ ਕਾਇਨਾਤ ਦਾ, ਸਿੱਖ ਜਗਤ ਦਾ ਪ੍ਰਿੰਸੀਪਲ ਹੈ। ਇਹ ਸੰਪਰਦਾਵਾਂ ਵੱਖੋ ਵੱਖ ਜਮਾਤਾਂ ਨੇ, ਸੰਪਰਦਾਵਾਂ ਦੇ ਜਿਹੜੇ ਮੁਖੀ ਨੇ ਇਹ ਟੀਚਰ ਨੇ। ਦੱਸੋ ਵੰਡੀ ਕਿਵੇਂ ਹੋ ਗਈ? ਕੀ ਕਾਲਜਾਂ ਵਿੱਚ ਪ੍ਰਿੰਸੀਪਲ ਇੱਕ ਨਹੀਂ ਹੁੰਦਾ? ਕੀ ਅੱਡੋ ਅੱਡ ਸਬਜੈਕਟਾਂ ਦੀਆਂ ਕਲਾਸਾਂ ਨਹੀਂ ਹੁੰਦੀਆਂ? ਕੀ ਉੱਥੇ ਅੱਡੋ ਅੱਡ ਟੀਚਰ ਨਹੀਂ ਹੁੰਦੇ? ਇਹ ਸੰਪਰਦਾਵਾਂ ਗੁਰੂ ਪਾਤਸ਼ਾਹ ਦੀਆਂ ਚਲਾਈਆਂ ਨੇ। ਸਭ ਸੰਪਰਦਾਵਾਂ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਨੂੰ ਆਪਣਾ ਆਗੂ ਆਕਾ ਸਮਝਦੀਆਂ ਨੇ। ਔਰ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਸਥਾਪਿਤ ਕੀਤਾ ਹੈ, ਸਰਿੰਜਾਂ ਨਾਲ ਲਹੂ ਦੇਣ ਵਾਲਿਓ, ਇਹ ਚਰਖੜੀਆਂ ਨਾਲ ਚੀਥੜੇ ਉੱਡ ਗਏ ਇਹਨਾਂ ਕੌਮਾਂ ਨੇ, ਸੰਪਰਦਾਵਾਂ ਫਿਰ ਸੀ ਨਹੀਂ ਕੀਤੀ। ਤੁਸੀਂ ਕੀ ਮੁਕਾਬਲਾ ਕਰਨਾ ਹੈ ਕੱਲ੍ਹ ਦੇ ਜੰਮਿਆਂ ਨੇ ਇਹਨਾਂ ਦਾ? ਬਾਬਾ ਹਰਨਾਮ ਸਿੰਘ ਨੇ ਯਾਦਗਾਰ ਬਣਾ ਦਿੱਤੀ। ਇਹ ਕਹਿੰਦੇ ਸੀ ਸਰਕਾਰੀ ਨੇ, ਉਹ ਜਾ ਕੇ ਵੇਖੋ ਯਾਦਗਾਰ ਦੇ ਹੇਠਾਂ ਜਿਹੜੀ ਗੈਲਰੀ ਬਣ ਰਹੀ ਹੈ, 1984 ਦੇ ਸਮੂਹ ਸ਼ਹੀਦਾਂ ਦੀਆਂ, ਜਿਨ੍ਹਾਂ ਨੂੰ ਸਰਕਾਰ ਅੱਤਵਾਦੀ ਕਹਿੰਦੀ ਹੈ, ਫੋਟੋਆਂ ਲੱਗ ਰਹੀਆਂ ਨੇ। ਪਹਿਲੀ ਵਾਰ ਵੇਖਿਆ ਕੋਈ ਸਰਕਾਰੀ ਬੰਦਾ ਅੱਤਵਾਦੀਆਂ ਦੀਆਂ ਫੋਟੋਆਂ ਲਾਉਂਦਾ ਹੋਵੇ? ਪਰ ਮਹਾਂਪੁਰਸ਼ਾਂ ਵਿੱਚ ਇੱਕ ਬਚਨ ਵੇਖਿਆ, ਕਹਿ ਕੇ ਫਤਿਹ ਬੁਲਾਵਾਂ। ਬੜੀ ਨਿੰਦਾ ਕਰਦੇ ਨੇ ਉਹਨਾਂ ਦੀ। ਔਰ ਖਾਸ ਗੱਲ ਇਹ ਹੈ ਵੀ ਜਿਹਨਾਂ 30-35 ਵਰੇ ਸੰਤਾਂ ਦਾ ਨਾਂ ਵੇਚ ਕੇ ਨਾ ਕੋਠੀਆਂ ਕਾਰਾਂ ਖਰੀਦੀਆਂ, ਉਹ ਵੀ ਨਿੰਦਾ ਕਰਦੇ ਨੇ। ਕੋਠੀਆਂ ਕਾਰਾਂ ਤਾਂ ਖਰੀਦ ਲਈਆਂ, ਕਦੇ ਸ਼ਹੀਦਾਂ ਦੇ ਪਰਿਵਾਰ ਨੂੰ ਜਵਾਨੀ ਨਹੀਂ ਦਿੱਤੀ। ਇੱਥੇ ਹਜ਼ਾਰਾਂ ਸ਼ਹੀਦਾਂ ਦੇ ਪਰਿਵਾਰ ਮਾਇਆ ਲੈ ਕੇ ਜਾਂਦੇ ਨੇ, ਪੁੱਛ ਲਓ, ਨਹੀਂ ਜਾਂਦੇ ਤਾਂ ਲਿਸਟ ਲੈ ਲਿਓ, ਪਤਾ ਲੱਗ ਜਾਵੇ ਤੁਹਾਨੂੰ। ਹਜ਼ਾਰਾਂ ਸ਼ਹੀਦ ਪਰਿਵਾਰਾਂ ਦੇ ਇੱਥੇ ਮਦਦ ਕੀਤੀ ਜਾਂਦੀ ਹੈ। ਜੇ ਕੋਈ ਜੇਲ੍ਹ ਵਿੱਚ ਹੈ ਉਹਦੇ ਕੇਸ ਦਮਦਮੀ ਟਕਸਾਲ ਲੜਦੀ ਹੈ। ਸੰਤਾਂ ਦਾ ਨਾਂ ਵੇਚਣ ਵਾਲਿਆਂ ਨਾ ਕਦੇ ਕੌਮ ਦੇ ਕਿਸੇ ਸ਼ਹੀਦ ਸਤਿਪੁਰਸ਼ ਦੀ ਮਦਦ ਕੀਤੀ, ਨਾ ਸੰਤਾਂ ਦੇ ਨਾਂ 'ਤੇ ਕੋਈ ਸਕੂਲ ਕਾਲਜ ਗੁਰੂ ਘਰ ਬਣਾਇਆ, ਨਾ ਕਿਸੇ ਸ਼ਹੀਦ ਪਰਿਵਾਰ ਦੀ ਮਦਦ, ਨਾ ਕਿਸੇ ਜੇਲ੍ਹਾਂ ਅੰਦਰ ਨਜ਼ਰਬੰਦ ਸਿੰਘ ਦਾ, ਪੰਥਕ ਸਿੰਘ ਦਾ, ਕੁਰਬਾਨੀ ਵਾਲੇ ਸਿੰਘ ਦਾ ਕੇਸ ਲੜਿਆ। ਅਤੇ ਜਿਹੜੇ ਮਹਾਂਪੁਰਸ਼ ਨੇ ਸੰਤਾਂ ਦੀ ਯਾਦ ਵਿੱਚ, ਸਮੁੱਚੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਯਾਦਗਾਰ ਬਣਾਈ, ਜਿੰਨਾ ਚਿਰ ਕੁੱਲ ਕਾਇਨਾਤ ਉੱਤੇ ਹਰਿਮੰਦਰ ਹੈ, ਗੁਰੂ ਰਾਮਦਾਸ ਦਾ ਦਰ ਹੈ, ਉਨਾ ਚਿਰ ਸ਼ਹੀਦਾਂ ਦਾ ਨਾਮ ਰਹੇਗਾ। ਇੱਕ ਬਾਬਾ ਜਰਨੈਲ ਸਿੰਘ 84 ਦੇ ਸਮੂਹ ਸ਼ਹੀਦਾਂ ਨੂੰ ਅਮਰ ਕਰਨ ਵਾਲਾ ਮਹਾਂਪੁਰਸ਼ ਅਤੇ ਉਹਨੂੰ ਸਰਕਾਰੀ ਕਹਿੰਦੇ ਨੇ, ਅਤੇ ਜਿਨ੍ਹਾਂ ਨੇ ਸੰਤਾਂ ਦਾ ਨਾਂ ਵੇਚ ਕੇ ਕੋਟੀਆਂ ਕਾਰਾਂ ਪਾਈਆਂ ਨੇ, ਆ ਪੰਥਕ ਹੁੰਦੇ ਨੇ। ਜਿਹੜੇ ਪੰਥਕ ਨੇ ਉਹਨਾਂ ਦੇ ਘਰ ਜਾ ਕੇ ਵੇਖੋ, ਧੁੰਮਾਂ ਪਿੰਡ ਅਜੇ ਵੀ ਕੱਚੇ ਨੇ, ਕਲਰ ਕਿਰਦਾ ਹੈ। ਜਿਨ੍ਹਾਂ ਨੂੰ ਸਰਕਾਰੀ ਕਹਿੰਦੇ ਹੋ ਅਸਲ ਪੰਥਕ ਇਹ ਨੇ, ਅਤੇ ਜਿਹੜੇ ਪੰਥਕ ਨੇ ਉਹਨਾਂ ਦੀਆਂ 4-4 ਮੰਜ਼ਲੀਆਂ ਕੋਠੀਆਂ ਨੇ, ਮੈਂ ਹੈਰਾਨ ਰਹਿ ਜਾਂਦਾ ਹੈ। ਇਹ ਕਿੱਦਾਂ ਦੇ ਪੰਥਕ ਨੇ? ਸ਼ਹੀਦਾਂ ਦਾ ਨਾਂ ਵੇਚ ਕੇ ਕਾਰਾਂ ਲੈ ਲਈਆਂ, ਸ਼ਹੀਦਾਂ ਦੇ ਪਰਿਵਾਰਾਂ ਨੂੰ ਜਵਾਨੀ ਨਹੀਂ ਜੇ ਦਿੱਤੀ। ਅਤੇ ਬਾਬਾ ਜਰਨੈਲ ਸਿੰਘ ਦੀ ਦਸਤਾਰ ਜਿਸ ਸਿਰ 'ਤੇ ਸੱਜੀ ਹੋਈ ਹੈ, ਬਾਬਾ ਹਰਨਾਮ ਸਿੰਘ ਆਪਣੇ ਫਰਜ਼ ਨਿਭਾਉਂਦਿਆਂ ਹੋਇਆਂ, ਜਿੱਥੇ ਬਾਣੀ ਬਾਣੇ ਦਾ ਪ੍ਰਚਾਰ, 4-5 ਸਕੂਲ ਚੱਲਦੇ ਨੇ, 5-7 ਹਜ਼ਾਰ ਬੱਚਾ ਦੁਨਿਆਵੀ ਵਿੱਦਿਆ ਲੈਂਦਾ ਹੈ, ਪ੍ਰੋਫੈਸ਼ਨਲ ਕਾਲਜ ਆਫ ਗੁਰਮਤਿ ਵਿੱਚ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਧਾਰਮਿਕ ਵਿੱਦਿਆ ਦਿੱਤੀ ਜਾਂਦੀ ਹੈ, 300 ਬੱਚਾ ਮਹਿਤਾ ਚੌਂਕ ਕਥਾ ਕੀਰਤਨ ਸਿੱਖਦਾ ਹੈ, 25 ਸਥਾਨ ਨੇ ਟਕਸਾਲ ਦੇ, 25 'ਤੇ ਹੀ ਹਰ ਐਤਵਾਰ ਅੰਮ੍ਰਿਤ ਸੰਚਾਰ ਹੁੰਦਾ ਹੈ, ਔਰ ਹਰ ਇੱਕ ਸਥਾਨ 'ਤੇ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ। ਜੇ ਇੱਦਾਂ ਦਾ ਹੋਰ ਸਰਕਾਰੀ ਸਾਧ ਲੱਭਦਾ ਤਾਂ ਤਗੜੇ ਹੋ ਕੇ ਲੱਭ ਲਓ, ਇਹ ਚੰਗੇ ਨੇ। ਇਹ ਪੰਥ ਲਈ ਚੰਗੇ ਨੇ ਜਿਹੜੇ ਸ਼ਹੀਦਾਂ ਦੇ ਨਾਂ 'ਤੇ ਮਾਇਆ ਲੈ ਕੇ, ਜਹਾਜ਼ਾਂ ਦੀਆਂ ਟਿਕਟਾਂ ਲੈ ਕੇ, ਕਿਰਪਾਨਾਂ ਟੈਚੀਆਂ 'ਚ ਪਾ ਕੇ ਸਾਡੇ ਵਾਂਗੂ ਉੱਡੇ ਫਿਰਦੇ ਨੇ, ਰੱਬ ਦਾ ਵਾਸਤਾ, ਜੇ ਇਹੋ ਜਿਹੇ ਪੰਥਕਾਂ ਦਾ ਖਹਿੜਾ ਨਾ ਛੱਡਿਆ ਤਾਂ ਜਿੰਨੇ ਕੁ ਰਹਿ ਗਏ ਉਹ ਵੀ ਨਹੀਂ ਜੇ ਲੱਭਣੇ। ਮੈਨੂੰ ਹੈਰਾਨੀ ਹੈ ਇਸ ਗੱਲ ਦੀ, ਕਾਰਜ ਕਰਨ ਵਾਲੇ ਗਦਾਰ ਹੋ ਗਏ ਅਤੇ ਜਿਨ੍ਹਾਂ ਚੂਲੀ ਨਹੀਂ ਪਿਆਈ ਉਹ ਪੰਥਕ ਹੋ ਗਏ, ਤੇ ਨਿੰਦੇ ਜਿਹੇ ਗੰਗਾ ਨਹੀਂ ਅੱਜ ਨਿੰਦਿਆ ਉਹਨਾਂ ਦੀ ਜਿਨ੍ਹਾਂ ਨੇ ਗੰਗਾ ਲਹਿਣ ਦੀ ਧਰਤੀ 'ਤੇ ਜਿਨ੍ਹਾਂ ਚੂਲੀ ਨਹੀਂ ਪਿਆਈ, ਪੁੰਨ ਨਹੀਂ ਕੀਤਾ, ਉਹ ਪੰਥਕ ਬਣੇ ਫਿਰਦੇ ਨੇ। ਹਮ ਤਨ ਦੀ ਉਹ ਹੈ ਢਾਰ, ਕੋਈ ਭਲਾ ਕਹੇ ਭਾਵੇਂ ਬੁਰਾ ਕਹੇ, ਇਹ ਅਵਸਥਾ ਹੈ ਬਾਬਾ ਹਰਨਾਮ ਸਿੰਘ ਦੀ। ਮਾੜਾ ਆਖੋ ਕੋਈ ਭਲਾ ਕਹੇ ਭਾਵੇਂ ਬੁਰਾ ਕਹੇ, ਹਮ ਤਨ ਦੀ ਉਹ ਹੈ ਢਾਰ, ਇਹਤੇ ਤਨ ਲਾ ਦਿੱਤਾ ਹੈ ਪੰਥ ਦੀ ਸੇਵਾ ਲਈ। ਭਾਈ ਜੀ ਨਿੰਦਾ ਕਰਨੀ ਕਰੀ ਜਾਓ, ਇਹਨਾਂ 'ਤੇ ਆਪਣੀ ਸੇਵਾ ਜਿਵੇਂ ਕਰਦੇ ਆ ਰਹੇ ਨੇ 12-15 ਸਾਲ ਤੋਂ,
ਇਸੇ ਤਰ੍ਹਾਂ ਹੀ ਸੇਵਾ ਚਲੰਤ ਰਹਿਣੀ ਹੈ। ਦਾਸ ਆਪਣੀ ਵਿਚਾਰ ਨੂੰ ਸੰਕੋਚ ਲਵੇ। ਇਹ ਖਾਲਸਾ ਜਗਤ ਦੀ ਮਹਾਨ ਸੰਪਰਦਾਇ ਜਥੇਬੰਦੀ ਦਮਦਮੀ ਟਕਸਾਲ ਹੈ। ਅੱਜ ਜਿੰਨਾ ਸ਼ਹੀਦਾਂ ਦੀ ਯਾਦ ਵਿੱਚ ਬੈਠੇ ਹਾਂ, ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪੱਟ ਹੈ, ਇਹ ਸਦਾ ਨਵੀਨ ਰਹਿਣੇ ਨੇ, ਬੁਲੰਦੀਆਂ 'ਤੇ ਰਹਿਣੇ ਨੇ। ਇਹਨਾਂ ਨੂੰ ਮਿਟਾਉਣ ਵਾਲੇ ਦੁਨੀਆ ਤੋਂ ਮਿਟ ਗਏ, ਜੈਕਾਰ ਕੀਓ ਧਰਮੀਓ ਕਾ ਪਾਪੀ ਕਹੋ ਡੰਨ ਦਿਓ ਰੇ, ਇਹਨਾਂ ਦੀ ਜੈ ਜੈਕਾਰ ਦਿਹਾੜੇ ਇੱਦਾਂ ਹੀ ਮਨਾਉਂਦੇ ਰਹਿਣਾ ਹੈ। ਸੰਤ ਜਰਨੈਲ ਸਿੰਘ ਦਾ ਬਚਨ ਕਹਿ ਕੇ ਫਤਿਹ ਬੁਲਾਵਾਂ। ਬਾਬਾ ਕਹਿੰਦਾ ਤੁਹਾਡੇ ਵੱਲ ਭਾਰਤੀਓ ਬੜੀਆਂ ਫੌਜਾਂ ਬੜੇ ਸ਼ਸਤਰ ਨੇ, ਤੁਹਾਡਾ ਤਨ ਵੀ ਮਿੱਟੀ ਹੋਵੇਗਾ, ਤੁਹਾਡਾ ਨਾਮ ਵੀ ਲਾਂ ਤਾਂ ਖੱਟੇਗਾ। ਇਸ ਜਰਨੈਲ ਸਿੰਘ ਕੋਲ ਮੁੱਠੀ ਭਰ ਫੌਜਾਂ ਨੇ, ਗੁਰੂ ਗੋਬਿੰਦ ਦਾ ਥਾਪੜਾ ਹੈ, ਜਿਹਨੂੰ ਥਾਪੜਾ ਹੋਵੇ ਫਿਰ ਸ਼ੇਰ ਫੜ ਦਈਏ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ੋ, ਖੁਦਾ ਵੰਦ ਬਖਸ਼ਿੰਦਿਓ ਐਸ਼ ਅਰਸ਼। ਅੱਜ ਵੀ ਬਾਬਾ ਜਰਨੈਲ ਸਿੰਘ ਅਰਸ਼ਾਂ ਫਰਸ਼ਾਂ ਦਾ ਰਾਜਾ ਏ। ਜਿਹੜੀ ਫੌਜਾਂ ਦੀ ਮਾਲਕ ਇੰਦਰਾ ਗਾਂਧੀ ਸੀ, ਨਰਕਾਂ ਦੀ ਰਾਣੀ ਤੇ ਬਣਾ ਦਿੱਤੀ, ਪਰ ਅਰਸ਼ਾਂ ਫਰਸ਼ਾਂ ਦੀ ਰਾਣੀ ਨਹੀਂ ਬਣ ਦਿੱਤੀ। ਅਰਸ਼ਾਂ ਫਰਸ਼ਾਂ ਦੇ ਰਾਜੇ ਉਹ ਨੇ, ਸਰੀਰ ਰਵੇ ਜਾਂ ਨਾ ਰਵੇ, ਜਿਨ੍ਹਾਂ ਦੀ ਸਦਾ ਜੈ ਜੈਕਾਰ ਹੈ। ਦੁਨੀਆਂ ਦਾ ਕਿਹੜਾ ਕੋਨਾ ਹੈ ਜਿੱਥੇ ਸਾਡੇ ਬਾਬੇ ਦੀ ਜੈ ਜੈਕਾਰ ਨਹੀਂ ਹੈ? ਆਓ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਦਾ ਧੰਨਵਾਦ, ਔਰ ਸਮੁੱਚੇ ਜਥੇ ਦਮਦਮੀ ਟਕਸਾਲ ਦਾ ਧੰਨਵਾਦ, ਸੰਗਤਾਂ ਦਾ ਧੰਨਵਾਦ, ਰੋਮ ਰੋਮ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ। ਬੇਅੰਤ ਤਰੁੱਟੀਆਂ ਵਿਚਾਰ ਕਰਦਿਆਂ ਰਹਿ ਜਾਂਦੀਆਂ ਨੇ, ਆਪ ਸੰਗਤ ਨੇ ਭੁੱਲ ਚੁੱਕ ਦੀ ਖਿਮਾ ਕਰਨੀ। ਵੱਧ ਚੜ੍ਹ ਕੇ ਇਹਨਾਂ ਮਹਾਨ ਸੰਪਰਦਾਵਾਂ ਦਾ ਸਾਥ ਦਈਏ ਜਿਹੜੀਆਂ ਸਿੱਖ ਜਗਤ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਦੀਆਂ ਨੇ। ਸਾਕਤ ਤੋਂ ਦੂਰ ਰਹੀਏ, ਕਾਲੇ ਭਾਂਡੇ ਨੇ। ਕਬੀਰ ਕਹਿੰਦੇ ਸਾਕਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਇਹ ਸਾਕਤ ਲੋਕ, ਇਹ ਗੁਰੂ 'ਤੇ ਤਰਕ ਕਰਨ ਵਾਲੇ ਕਾਲੇ ਭਾਂਡੇ ਨੇ। ਰੱਬ ਦਾ ਵਾਸਤਾ ਹੀ ਹੱਥ ਨਾ ਲਾ ਲਈ, ਕਾਲਾ ਹੋਵੇਂਗਾ, ਕਿਸੇ ਸਾਧ ਦਾ ਸੰਗ ਕਰ ਕਿਤੇ ਤਰ ਜਾਵੇਂ। ਗੱਜ ਵੱਜ ਕੇ ਫਤਿਹ ਬੁਲਾਵਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।